ਪਟਿਆਲਾ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ 32 ਬੋਰ ਪਿਸਤੌਲ ਦੇ 2 ਜ਼ਿੰਦਾ ਕਾਰਤੂਸਾਂ ਸਮੇਤ ਕਾਬੂ ਕਰ ਲਿਆ। ਪੁਲਿਸ ਨੇ ਦੋਸ਼ੀ ਨੂੰ ਨਾਕੇ ਤੋਂ ਗੱਡੀ ਸਮੇਤ ਹਿਰਾਸਤ ਵਿੱਚ ਲੈ ਲਿਆ, ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਪਟਿਆਲਾ ਵਿੱਚ ਜਾਣਕਾਰੀ ਦਿੰਦੇ ਹੋਏ DSP ਸ਼ਹਿਰੀ ਇੱਕ ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਦੇ ਬਿਸ਼ਨ ਨਗਰ ਨਜ਼ਦੀਕ ਪੁਲਿਸ ਨੇ ਇੱਕ ਨਾਕਾ ਲਾਇਆ ਹੋਇਆ ਸੀ। ਚੈਕਿੰਗ ਦੌਰਾਨ ਇੱਕ ਗੱਡੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਇਸ ਵਿੱਚੋਂ 32 ਬੋਰ ਦਾ ਪਿਸਤੌਲ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਹੋਏ। ਦੋਸ਼ੀ ਦੀ ਪਹਿਚਾਣ ਮੁਹੱਬਤ ਸ਼ਾਹਜਹਾਂ ਉਰਫ ਸਾਜਨ ਦੇ ਤੌਰ 'ਤੇ ਹੋਈ। ਪੁਲਿਸ ਦਾ ਕਹਿਣਾ ਸੀ ਕਿ ਇਸ ਵਿਅਕਤੀ 'ਤੇ ਪਹਿਲਾਂ ਵੀ ਲੜਾਈ ਝਗੜੇ ਦੇ ਕਈ ਮੁਕੱਦਮੇ ਚੱਲ ਰਹੇ ਹਨ। DSP ਦਾ ਕਹਿਣਾ ਸੀ ਕਿ ਨਜਾਇਜ਼ ਹਥਿਆਰ ਰੱਖਣ ਦੇ ਜੁਰਮ ਵਿੱਚ ਵੱਖਰਾ ਮਾਮਲਾ ਦਰਜ ਕਰਕੇ ਇਸ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਅੱਜ ਪੁਲਿਸ ਪਾਰਟੀ ਨੇ ਇੱਕ ਨਾਕਾ ਲਗਾਇਆ ਹੋਇਆ ਸੀਗਾ ਨੀਅਰ ਬੰਨਾ ਰਾਜਪੁਰਾ ਕਲੋਨੀ, ਤਾਂ ਉੱਥੇ ਇੱਕ ਵਹੀਕਲ ਨੂੰ ਜਦੋਂ ਉਹਨਾਂ ਨੇ ਰੋਕਿਆ ਤਾਂ ਇੱਕ ਬੰਦੇ ਦੀ ਸਰਚ ਕੀਤੀ, ਮੁਹੰਮਦ ਸ਼ਾਹਜਹਾਂ ਇਹ ਨਾਲ ਲੜਕਾ, ਇਹ ਤੋਂ ਪਿਸਟਲ ਇੱਕ ਬਰਾਮਦ ਹੋਇਆ ਹੈਗਾ ਇਲੀਗਲ, ਤਾਂ ਉਹ 32 ਬੋਰ ਦਾ ਪਿਸਟਲ ਹੈਗਾ, 2 ਕਾਰਟਰੀਜ਼ ਇਹਦੇ ਕੋਲ ਬਰਾਮਦ ਹੋਏ ਹੈਗੇ, ਅਤੇ ਉਹਦੇ ਅਗੇਂਸਟ FIR ਨੰਬਰ 50 ਅੰਡਰ ਸੈਕਸ਼ਨ 2554 ਇਹ ਅਸੀਂ ਲਾਹੌਰੀ ਗੇਟ 'ਚ ਰਜਿਸਟਰ ਕੀਤੀ ਹੈ। ਫਰਦਰ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਹਾਂ ਕਿ ਕੀ ਫੈਕਟਸ ਨੇ ਇਹਦੇ। ਕੀ ਕੋਈ ਸਰ ਕੋਈ ਪਿੱਛੇ ਬੈਕਗਰਾਊਂਡ ਦੀ ਗੱਲ ਕਰਦੇ, ਗੈਂਗਸਟਰ ਨਾਲ ਕੋਈ ਸੰਬੰਧ ਵਗੈਰਾ ਹੈਗੇ ਸੀ ਇਹਨਾਂ ਦਾ ਕੋਈ? ਨਹੀਂ, ਨੋਟ ਯੈਟ, ਹਜੇ ਤੱਕ ਕੋਈ ਇੱਦਾਂ ਦਾ ਸਟੈਬਲਿਸ਼ ਨਹੀਂ ਹੋਇਆ। 2-3 ਇਹਦੇ 'ਤੇ ਪਰਚੇ ਹੈਗੇ ਲੜਾਈ ਝਗੜੇ ਦੇ, ਇੱਕ ਐਕਸਾਈਜ਼ ਦਾ ਹੈਗਾ, ਬਟ ਫਰਦਰ ਵੈਰੀਫਾਈ ਕਰ ਰਿਹਾ ਕਿ ਇਹਦਾ ਪ੍ਰੀਵੀਅਸ ਰਿਕਾਰਡ ਸੀ। ਕੋਈ ਆਪਾਂ ਸਟੂਡੈਂਟ ਯੂਨੀਅਨ ਦੀ ਗੱਲ ਕਰੀਏ, ਕੋਈ ਇੱਦਾਂ ਦਾ ਕੋਈ ਸਾਹਮਣੇ ਦੇਖਣ ਨੂੰ ਆਇਆ ਕੋਈ ਯੂਨੀਅਨ ਦੇ ਵਿੱਚ ਹੋਵੇ ਕੋਈ? ਨਹੀਂ, ਹਾਲੇ ਤੱਕ ਕੁਛ ਨਹੀਂ ਸਟੈਬਲਿਸ਼ ਹੋਇਆ, ਹਜੇ ਤੱਕ ਪ੍ਰੀਲਿਮਿਨਰੀ ਸਟੇਜ ਹੈ। ਜਸਟ ਇਹ ਬੰਦਾ ਅਰੈਸਟ ਕੀਤਾ ਹੈਗਾ, ਇਹਦੀ ਡਿਟੇਲਡ ਪੁੱਛਗਿੱਛ ਕਰਾਂਗੇ, ਉਸ ਤੋਂ ਬਾਅਦ ਹੀ ਕੁਛ ਨਾ ਕੁਛ ਸਾਹਮਣੇ ਆ ਸਕਦਾ। ਪਟਿਆਲਾ ਤੋਂ ਚਰਨਜੀਤ ਸਿੰਘ ਕੋਹਲੀ ਦੀ ਰਿਪੋਰਟ।